ਅੰਮ੍ਰਿਤਸਰ ਦੇ ਬਿਆਸ ਨਜ਼ਦੀਕ ਦੇ ਕਸਬਾ ਸਠਿਆਲਾ ਚ ਕਾਲਜ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਦਾ ਚਾਰ ਸ਼ੂਟਰਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲੇਵਾਰਾਂ ਨੇ ਜਰਨੈਲ ਸਿੰਘ ਨੂੰ 20 ਤੋਂ 25 ਦੇ ਕਰੀਬ ਗੋਲੀਆਂ ਮਾਰੀਆਂ। ਗੋਲੀਆਂ ਲੱਗਣ ਕਾਰਨ ਜਰਨੈਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਵਿਫਟ ਕਾਰ ਤੇ ਸਵਾਰ ਹੋ ਕੇ ਆਏ ਸਨ। ਜਰਨੈਲ ਸਿੰਘ ਵੇਟ ਲਿਫਟਰ ਵਜੋਂ ਵੀ ਜਾਣਿਆ ਜਾਂਦਾ ਸੀ। ਮੌਕੇ ਤੇ ਲੋਕਾਂ ਨੇ ਦੱਸਿਆ ਹੈ ਕਿ ਜਰਨੈਲ ਸਿੰਘ ਘੁੜੁੱਕੇ ਤੇ ਆਪਣੀ ਬਹੀਕ ਤੋਂ ਤੇਲ ਕਢਵਾਉਣ ਲਈ ਸਰੋਂ ਲੈ ਕੇ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਚੱਕੀ ਅੰਦਰੋਂ ਬਾਹਰ ਨਿਕਲਿਆ ਤਾਂ ਚਾਰ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਨੇ ਉਸ ਤੇ ਲਗਾਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਵਿੱਚ ਜਰਨੈਲ ਸਿੰਘ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇਹਾਤੀ SSP ਸਤਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਗੋਲੀਆਂ ਦੇ 25 ਦੇ ਕਰੀਬ ਖੋਲ ਬਰਾਮਦ ਹੋਏ ਹਨ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ DSP ਪੁਲਿਸ ਫੋਰਸ ਸਮੇਤ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਪਹੁੰਚੇ। ਮ੍ਰਿਤਕ ਜਰਨੈਲ ਸਿੰਘ ਵਿਹੋਤਾ ਸੀ ਅਤੇ ਉਸ ਦੀ ਉਮਰ ਕਰੀਬ 40 ਤੋਂ 45 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਜਰਨੈਲ ਸਿੰਘ ਵੇਟ ਲਿਫਟਰ ਵਜੋਂ ਵੀ ਜਾਣਿਆ ਜਾਂਦਾ ਸੀ। ਇਸ ਵਾਰਦਾਤ ਤੋਂ ਬਾਅਦ ਇਲਾਕੇ ਭਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਠਿਆਲੇ ਕਸਬੇ ਦੇ ਵਿੱਚ ਜਰਨੈਲ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਹੋਇਆ, ਜਿਹਦੇ 'ਚ 4 ਵਿਅਕਤੀਆਂ ਨੇ ਗੋਲੀਆਂ ਮਾਰ ਕੇ ਉਸਨੂੰ ਮਾਰਿਆ ਹੈ ਔਰ ਅਸੀਂ FIR ਰਜਿਸਟਰ ਕਰਤੀ ਹੈ, ਇਹਦੀ ਤਫਤੀਸ਼ ਕਰ ਰਹੇ ਹਾਂ ਔਰ ਸਾਡੇ ਹੱਥ ਕਾਫੀ ਠੋਸ ਸਬੂਤ ਕਲੂ ਲੱਭੇ ਆ ਔਰ ਇਹ ਮੁਕੱਦਮਾ ਅਸੀਂ ਬਹੁਤ ਛੇਤੀ ਇਹਨੂੰ ਟਰੇਸ ਕਰ ਲਾਂਗੇ ਔਰ ਮੁਲਜ਼ਮ ਨੂੰ ਵੀ ਅਸੀਂ ਅਰੈਸਟ ਕਰ ਲਾਂਗੇ। ਹਾਂਜੀ, ਮੈਂ ਹਾਲੇ ਉਹਨਾਂ ਦੇ ਨਾਂ ਨਹੀਂ ਡਿਸਕਲੋਜ਼ ਕਰੂੰਗਾ ਜੀ। ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਅਸੀਂ ਇਹ ਮੁਕੱਦਮੇ ਨੂੰ ਬਹੁਤ ਚੰਗੇ, ਸਾਨੂੰ ਠੋਸ ਕਲੂਜ਼ ਮਿਲੇ ਆ ਅਤੇ ਕਿਉਂਕਿ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ ਅਤੇ ਮੈਂ ਫਰਦਰ ਇਸ ਤੋਂ ਬਾਅਦ ਹੋਰ ਕੁਛ ਨਹੀਂ ਕਹੂੰਗਾ। ਕਤਲ ਦੇ ਕਾਰਨਾਂ ਦਾ ਕੁਝ ਮੈਂ ਕਿਉਂਕਿ ਇਨਵੈਸਟੀਗੇਸ਼ਨ ਹੀ ਸਾਰੀ ਹਾਲੇ ਚੱਲ ਰਹੀ ਹੈ ਸਾਡੀ। ਪਹਿਲਾਂ ਤਾਂ ਇਹ ਹੁੰਦਾ ਕਿ ਜਿਹੜੇ ਬੰਦੇ ਅਣਪਛਾਤੇ ਉਹਨਾਂ ਨੂੰ ਟਰੇਸ ਕਰਨਾ, ਅਤੇ ਉਹਦੇ ਸਾਨੂੰ ਕਾਫੀ ਕਾਮਯਾਬੀ ਮਿਲੀ ਆ ਅਤੇ ਅਸੀਂ ਹੁਣ ਉਹਨਾਂ ਨੂੰ ਅਰੈਸਟ ਕਰਕੇ ਤਾਂ ਅੱਗੇ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ। ਮੈਂ ਹਾਲੇ ਜਦ ਤੱਕ ਅਸੀਂ ਉਹਨਾਂ ਨੂੰ ਅਰੈਸਟ ਨਹੀਂ ਕਰ ਲੈਂਦੇ ਜੀ, ਮੈਂ ਤੁਹਾਨੂੰ ਕੁਛ ਉਹਦੇ ਬਾਰੇ ਦੱਸ ਨਹੀਂ ਸਕੂੰਗਾ। ਮੈਂ ਇਹੀ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਕਿ ਸਾਡੇ ਹੱਥ ਬੜੇ ਠੋਸ ਸਬੂਤ ਲੱਗੇ ਆ ਔਰ ਕਰਨ ਵਾਲੇ ਵਿਅਕਤੀ ਵੀ ਸਾਡੇ ਆਲਮੋਸਟ ਕਲੀਅਰ ਹੋ ਚੁੱਕੇ ਆ ਜੀ ਔਰ ਅਸੀਂ ਹੁਣ ਇਹਨਾਂ ਨੂੰ ਛੇਤੀ ਅਰੈਸਟ ਕਰਕੇ ਤਾਂ ਸਾਰੀ ਚੀਜ਼ ਸਾਹਮਣੇ ਲਿਆ। ਟੋਟਲ 10 ਤੋਂ 15 ਰਾਊਂਡ ਫਾਇਰ ਹੋਏ। ਮੈਂ ਹਾਲੇ ਤਾਂ ਅਸੀਂ ਪਹਿਲੇ ਇਨੀਸ਼ਲੀ ਤਾਂ ਇਹੀ ਚੀਜ਼ ਕਰ ਰਹੇ ਹਾਂ ਜੀ ਕਿ ਜਿਹੜਾ ਵਿਕਟਮ ਆ ਇਹਨਾਂ ਕਿਸਨੇ ਮਾਰਿਆ, ਕਿਉਂ ਮਾਰਿਆ, ਅਸੀਂ ਉਹੀ ਤਫਤੀਸ਼ ਕਰ ਰਹੇ ਹਾਂ ਜੀ ਅਤੇ ਬਾਕੀ ਸਾਰੀਆਂ ਚੀਜ਼ਾਂ ਜਦੋਂ ਅਸੀਂ ਫੜ ਲਾਂਗੇ ਤਾਂ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰ ਦਾਂਗੇ। ਇੱਕ ਸਰ ਥਰੂ ਆਊਟ ਏਰੀਆ ਡਿਸਟ੍ਰਿਕਟ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਵਾਰਦਾਤਾਂ ਬਹੁਤ ਲਗਾਤਾਰ ਜਿਹੜਾ ਵਾਧਾ ਹੋਇਆ, ਇਹਦੀ ਰੋਕਥਾਮ ਵਾਸਤੇ ਆਪਾਂ ਕੋਈ ਕੀ ਪ੍ਰਕਾਸ਼ਨ ਤੌਰ ਤੇ ਤੁਸੀਂ ਕਰ ਰਹੇ ਹੋ? ਕੋਈ ਇਹਦੇ 'ਚ ਵਾਧਾ ਨਹੀਂ ਹੋਇਆ ਜੀ। ਜਿੰਨਾ ਵੀ ਪੁਰਾਣਾ ਕੋਈ ਕੇਸਿਸ ਹੋਇਆ ਸਾਡੇ, ਸਾਰੇ ਸਾਡੇ ਕੇਸਿਸ 100% ਟਰੇਸ ਹੈਗੇ ਆ, ਚਾਹੇ ਕੋਈ ਸਨੈਚਿੰਗ ਦਾ ਆ, ਚਾਹੇ ਕੋਈ ਅਟੈਂਪਟ ਟੂ ਮਰਡਰ ਦਾ ਆ, ਪਿੱਛੇ ਜਿਹੜੇ ਵੀ ਹੋਏ, ਕਿਉਂਕਿ ਤੁਸੀਂ ਆਪ ਸਾਰੇ ਪ੍ਰੈਸ ਵਾਲੇ ਦੋਸਤ ਇਹਨਾਂ ਚੀਜ਼ਾਂ 'ਚ ਇਨਵੋਲਵ ਹੁੰਦੇ ਹੋ, ਕੋਈ ਵੀ ਮੁਕੱਦਮਾ ਪਿਛਲੇ 3-4 ਮਹੀਨਿਆਂ ਤੋਂ ਅਨਟਰੇਸ ਨਹੀਂ ਸਾਡੇ ਕੋਲ ਰਹਿ ਗਿਆ। FIR ਕਿਉਂਕਿ ਲੌਜ ਹੋ ਚੁੱਕੀ ਹੈ, FIR ਲੌਜ ਹੋਣ ਤੋਂ ਬਾਅਦ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਚੀਜ਼ ਬੰਦੇ ਟਰੇਸ ਅਸੀਂ ਕੀਤੇ ਆ। ਉਹ ਫਿਰ ਹੁਣ ਇਹਨਾਂ ਦੀ ਅਰੈਸਟ ਤੋਂ ਬਾਅਦ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਅਸੀਂ ਬਹੁਤ ਛੇਤੀ ਜੀ, ਬਹੁਤ ਛੇਤੀ ਅਸੀਂ ਤੁਹਾਨੂੰ ਦੁਬਾਰਾ ਮਿਲਾਂਗੇ ਜੀ।